सर आज नगर कौंसल ने मतलब मीटिंग रखी है, किस विषय ने लेके मीटिंग थी ते क्या क्या ये बीच में बता सकता, क्या क्या पास किया, क्या क्या किया? हाँ जी, अज जी महीनावार मीटिंग नगर कौंसल लंगड़ वालों की गई। इस दे विच साढ़े एक एम सी भरा नूं छड्ड के होर सारे ही हाजिर सी। अज दी मीटिंग दे विच जिहड़ा आने वाला समा गर्मियां दी जिहड़ी रुत आ रही उहदे विच पानी दी समस्या आउंदी जिहड़ी, ते उहदे नाल ही जिहड़ी साढ़े शहर नूं सीवरेज दी समस्या आ रही उहदे बारे बहुत खुल के विचारां कीतियां गईयां। जिहड़े साढ़े टोटल अज एम सी सी ਉਹਨਾਂ ਨੇ ਜਿਹੜੇ ਸੀਵਰੇਜ ਦੇ ਕੰਮ ਤੋਂ ਤੇ ਪਾਣੀ ਦੀ ਸਪਲਾਈ ਦੇ ਕੰਮ ਤੋਂ ਅੱਜ ਸਾਰੇ ਹੀ ਲਗਭਗ ਸਾਰੇ ਆਪਣੇ ਪਾਰਟੀਆਂ ਦੇ ਐਮਸੀਆਂ ਨੇ ਅੱਜ ਰਾਜਨੀਤਿਕ ਧਿਰਾਂ ਨੇ ਉਹਦਾ ਅੱਜ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਦਾ ਜਿਹੜਾ ਇਹਨਾਂ ਦਾ ਡਟ ਕੇ ਇਹਨਾਂ ਨੂੰ ਅੱਜ ਅਫਸਰਾਂ ਨੂੰ ਆਪਾਂ ਤਾੜਨਾ ਵੀ ਕੀਤੀ ਗਈ ਤੇ ਬੇਨਤੀ ਵੀ ਕੀਤੀ ਗਈ ਕਿ ਜਿਹੜਾ ਇਹਨਾਂ ਦਾ ਕੰਮ ਹੈ ਇਹਨਾਂ ਦੇ ਕੰਮ ਕਰਕੇ ਐਮਸੀ ਸਾਹਿਬਾਨ ਨੂੰ ਜਾਂ ਕੌਂਸਲ ਦੇ ਅਫਸਰ ਸਾਹਿਬਾਨ ਨੂੰ ਲੋਕਾਂ ਅੱਗੇ ਬੇਇੱਜ਼ਤ ਹੋਣਾ ਪੈਂਦਾ, क्योंकि जिथे पानी की समस्या है साडा शहर चार तरफा तो पानी नाल घिरिया होया, जिहड़ी नंगल की धरती है दिल्ली तक राजस्थान तक पानी जिहड़ा आपां हरियाणे की धरती नूं पानी दिंदे, पर मेरे नंगल शहर के वासी है साफ सुथरा पानी पीण तो मजबूर है। अज साडी बहुत खुल के चर्चा हुई उहदे विच 2,56,00,000 दे जिहड़े असीं अज नवें जिवें ट्रीटमेंट कोई प्लांट लाणा जां पुराने ट्रीटमेंट प्लांट दा जिहड़ा असीं वाटर सप्लाई जिथे चल रहा जां ट्रीटमेंट प्लांट है उहदी रिपेयर है ਉਹਦਾ ਅਸੀਂ ਅੱਜ ਜਿਹੜਾ ਯੂਨੈਨੀਮਸਲੀ ਅਸੀਂ ਅੱਜ ਪਾਸ ਕੀਤਾ 2,56,00,000। ਪਰ ਜਿਹੜਾ ਅਸੀਂ ਐਮ ਸੀ ਸਾਹਿਬਾਨ ਅੱਜ ਇੰਨੇ ਕੁ ਤੰਗ ਸੀ ਕਿ ਜੇ ਸੀਵਰੇਜ ਬੋਰਡ ਨੇ ਅਤੇ ਜਿਹੜੇ ਵਾਟਰ ਸਪਲਾਈ ਵਾਲੇ ਅਧਿਕਾਰੀ ਆ ਇਹਨਾਂ ਨੇ ਇਹ ਦੋ ਸਮੱਸਿਆਵਾਂ ਨੂੰ ਠੀਕ ਨਾ ਕੀਤਾ ਆਉਣ ਵਾਲੇ ਸਮੇਂ 'ਚ, ਤਾਂ ਸਾਨੂੰ ਸਾਰੇ ਐਮ ਸੀਆਂ ਨੂੰ ਮਜਬੂਰ ਹੋਣਾ ਪਵੇਗਾ ਧਰਨਾ ਦੇਣ ਦੇ ਲਈ ਜਾਂ ਕਿਸੇ ਕਿਸਮ ਦਾ ਸਿੰਬੋਲਿਕ ਪ੍ਰੋਟੈਸਟ ਕਰਨ ਲਈ ਕਿ ਜਦੋਂ ਨਗਰ ਕੌਂਸਲ ਲੰਗਲ ਲੱਖਾਂ ਕਰੋੜਾਂ ਰੁਪਈਆ ਸੀਵਰੇਜ ਤੇ ਵਾਟਰ ਸਪਲਾਈ ਲਈ ਦੇ ਰਹੀ ਤਾਂ ਸਾਡੇ ਕੰਮ ਕਿਉਂ ਨਹੀਂ ਹੋ ਰਹੇ? ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਰੇ ਐਮਸੀ ਚਾਹੇ ਬੀਜੇਪੀ ਦੇ ਭਰਾ ਹੋਣ ਚਾਹੇ ਸਾਡੇ ਕਾਂਗਰਸ ਦੇ ਭਰਾ ਹੋਣ ਕੋਈ ਵੀ ਹੋਵੇ ਸਾਰੇ ਨੇ ਇਹ ਡਟ ਕੇ ਫੈਸਲਾ ਲਿਆ ਕਿ ਅਸੀਂ ਇਕੱਠੇ ਹੋ ਕੇ ਬੈਠਾਂਗੇ ਜੇ ਇਹ ਸਮੱਸਿਆ ਨੂੰ ਦੂਰ ਨਾ ਕੀਤਾ ਗਿਆ। ਕਿਉਂਕਿ ਆਮ ਲੋਕਾਂ ਦੇ ਵਿੱਚ ਇਹ ਜਾਂਦਾ ਕਿ ਨਗਰ ਕੌਂਸਲ ਲੰਗਲ ਨਹੀਂ ਕੰਮ ਕਰਦੀ, ਪਾਣੀ ਦੀ ਨਹੀਂ ਠੀਕ ਦਿੰਦੇ ਸਪਲਾਈ, ਸੀਵਰੇਜ ਨਹੀਂ ਠੀਕ ਕਰਦੀ, ਪਰ ਇਹ ਨਹੀਂ ਪਤਾ ਅਸੀਂ ਸਿਰਫ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਡਿਪਾਰਟਮੈਂਟ ਨੂੰ ਅਸੀਂ ਕੇਵਲ ਪੈਸਾ ਦਿੰਦੇ, ਕੰਮ ਉਹਨਾਂ ਨੇ ਕਰਨਾ। ਪਰ ਉਹ ਕੰਮ ਲਾਉਣ ਦੇ ਵਿੱਚ ਆਪਾਂ ਉਹਨਾਂ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਵੀ ਜਾਂ ਤਾਂ ਕੰਮ ਨੂੰ ਸੁਚੱਜੇ ਢੰਗ ਨਾਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦਾ ਡਟ ਕੇ ਵਿਰੋਧ ਕਰਾਂਗੇ। ਜਿਹਦੇ ਇਹ ਜ਼ਿੰਮੇਵਾਰ ਡਿਪਾਰਟਮੈਂਟ ਜ਼ਿੰਮੇਵਾਰ ਹੋਵੇਗਾ। ਇੱਕ ਫਿਰ ਸਾਡੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਮਤਾ ਆਇਆ ਸੀ, ਉਹ ਬਹੁਤ ਘੱਟ ਸੀ, 2,03,000 ਦਾ ਵੀ ਵਕੀਲ ਸਾਹਿਬਾਨਾਂ ਲਈ ਤੇ ਲਿਟੀਗੈਂਟਸ ਲਈ ਉਹਦੇ ਲਈ ਆਪਣਾ ਬੈਠਣ ਲਈ ਤੇ ਉਹ ਜਿਹੜੀ ਸ਼ੈੱਡ ਪਾਈ ਉਹਨੂੰ ਕਵਰ ਕਰਨ ਦੇ ਲਈ, ਤੇ ਮੈਂ ਉੱਤੇ ਓਬਜੈਕਸ਼ਨ ਵੀ ਕੀਤਾ ਵੀ ਇਹ 2,03,000 ਨਾਲ ਸਾਡਾ ਕੁਛ ਨਹੀਂ ਬਣਨਾ, ਘੱਟੋ ਘੱਟ 10 ਜਾਂ 15 ਲੱਖ ਦਾ ਕੰਮ ਪਾਸ ਕੀਤਾ ਜਾਵੇ ਵੀ ਤਾਂ ਜੋ ਬੈਠਣ ਦਾ ਪ੍ਰਬੰਧ ਵੀ ਹੋ ਸਕੇ ਤੇ ਲਿਟੀਗੈਂਟਸ ਨੂੰ ਵੀ ਬੈਠਣ ਦਾ ਤੇ ਵਕੀਲ ਸਾਹਿਬਾਨਾਂ ਨੂੰ। ਤੇ ਉਹ ਯੂਨੈਨੀਮਸਲੀ ਕਿਹਾ ਗਿਆ ਕਿ ਅਗਲੀ ਮੀਟਿੰਗ ਦੇ ਵਿੱਚ ਲਿਆ ਕੇ ਉਹਨੂੰ ਬਜਟ ਨੂੰ ਵਧਾ ਕੇ 10 ਜਾਂ 15 ਲੱਖ ਦਾ ਆਪਾਂ ਉੱਤੇ ਪਾਸ ਕਰਾਂਗੇ ਕੰਪਲੈਕਸ ਲਈ, ਤਾਂ ਜੋ ਲਿਟੀਗੈਂਟਸ ਤੇ ਉਹਨਾਂ ਨੂੰ ਪ੍ਰੋਬਲਮਸ ਨਾ ਹੋਣ। ਇਸ ਤੋਂ ਇਲਾਵਾ ਵੱਖ ਵੱਖ ਵਾਰਡਾਂ ਦੇ ਵਿੱਚ ਅਸੀਂ ਅੱਜ ਜਿਹੜਾ ਆਪਣਾ ਆਪਣਾ ਜਿਹੜਾ ਸਾਫ਼ ਕੀਤਾ ਸਫਾਈ ਦੇ ਕੰਮ ਬਾਰੇ ਜਾਂ ਡਿਵੈਲਪਮੈਂਟ ਕੰਮ ਦੇ ਬਾਰੇ 1 ਕਰੋੜ ਦੇ ਹੋਰ ਕੰਮ ਜਿਹੜੇ ਉਹ ਅਸੀਂ ਇੱਥੇ ਪਾਸ ਕੀਤੇ। ਇਸ ਤੋਂ ਇਲਾਵਾ ਜਿਹੜਾ ਅੱਜ ਮੇਨ ਹੈ ਕਿ ਸਾਡੇ ਜਿਵੇਂ ਸਫਾਈ ਸੇਵਕ ਭਰਾ ਹੈ, ਸੀਵਰਮੈਨ ਹੈ ਜਾਂ ਸਫਾਈ ਕਰਮਚਾਰੀ ਆ, ਇਹ ਬਹੁਤ ਜੋਖਿਮ ਭਰੀ ਜ਼ਿੰਦਗੀ ਜੀਨੇ, ਬੜਾ ਇਹਨਾਂ ਦਾ ਔਖਾ ਕੰਮ ਹੈ। ਅਸੀਂ ਜਿਹੜਾ ਸਾਨੂੰ ਡਿਪਾਰਟਮੈਂਟ ਵੱਲੋਂ ਅਸੀਂ ਇਕੱਲੇ ਇਕੱਲੇ ਇੰਪਲਾਈ ਦਾ ਜਿਹੜਾ 10-10 ਲੱਖ ਰੁਪਏ ਦਾ ਬੀਮਾ ਕਰਨ ਦਾ, ਜੋ ਇਹਨਾਂ ਦਾ ਜਿਹੜਾ ਇਹਨਾਂ ਦੀ ਵਿਚਾਰਿਆਂ ਦੀ ਜ਼ਿੰਦਗੀ ਬੜੀ ਔਖੀ ਕੱਟੀ ਜਾਂਦੀ, ਇਹ ਸਾਡੇ ਵੱਲੋਂ ਕੌਂਸਲ ਵੱਲੋਂ ਕੀਤਾ ਜਾਵੇਗਾ। ਉਹ ਵੀ ਅਸੀਂ ਅੱਜ ਮਤਾ ਸਰਬਸੰਮਤੀ ਨਾਲ ਇਹਦੇ ਵਿੱਚ ਪਾਸ ਕੀਤਾ ਗਿਆ। ਜਿਹੜੇ ਪੱਕੇ ਜਿਹੜੇ ਇੰਪਲਾਈ ਆ ਜਾਂ ਹੋਰ ਹੈ ਜਿਹਨਾਂ ਨੂੰ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਜਿਹਨਾਂ ਦੀ ਗਰੁੱਪ ਇੰਸ਼ੋਰੈਂਸ ਆਪਾਂ ਕਰਵਾਵਾਂਗੇ ਡਾਇਰੈਕਟਰ ਆਫ ਸਥਾਨਕ ਲੋਕਲ ਸਰਕਾਰਾਂ ਤੋਂ ਆਇਆ ਵੀ ਇਹਦੇ ਵਿੱਚ ਜਿਹੜਾ ਕਿਸੇ ਨੂੰ ਲਗਭਗ ਅਸੀਂ ਸਾਰੇ ਪੱਕੇ ਕਰ ਦਿੱਤੇ ਹੋਏ, ਠੀਕ ਹੈ। ਪਿਛਲੀ ਸਰਕਾਰ ਨੇ ਵੀ ਇਸ ਵੇਲੇ ਵੀ ਮੰਤਰੀ ਜੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਵਾਅਦਾ ਕਾਲ ਚ ਕਰਕੇ ਗਏ ਸੀ, ਜਿਹੜੇ ਕੰਟਰੈਕਟ ਬੇਸਿਸ ਦਾ ਹੋਰ ਹੈ ਉਹਨਾਂ ਦਾ ਅਸੀਂ 10-10 ਲੱਖ ਰੁਪਏ ਦਾ ਬੀਮਾ ਉਹਨਾਂ ਦੀ ਕਰ ਦਿੱਤੀ ਗਈ। ਹੋਰ ਸਾਡੇ ਕੋਲ ਬੜੇ ਜਿਵੇਂ ਗਾਰਬੇਜ ਸ਼ਹਿਰ ਦੇ ਵਿੱਚ ਗੰਦਗੀ ਹੈ ਜਾਂ ਉਹਨਾਂ ਕੋਈ ਕੂੜਾ ਕਰਕਟ ਇਕੱਠਾ ਕਰਨ ਲਈ ਸਾਡੇ ਕੋਲ ਕੰਟੇਨਰ ਹੈ, ਉਹ ਜਿਹੜੇ ਸਾਡੇ ਕੰਟੇਨਰ ਬੜੇ ਮਾੜੀ ਹਾਲਤ 'ਚ ਹੈ, 24,80,000 ਰੁਪਏ ਦੇ ਅਸੀਂ 60 ਕੰਟੇਨਰਾਂ ਦੀ ਰਿਪੇਅਰ ਪਲੱਸ ਪੇਂਟ ਦਾ ਕੀਤਾ ਵੀ ਤਾਂ ਜੋ ਉਹਨਾਂ ਦੀ ਹਾਲਤ ਵੀ ਠੀਕ ਰਹਿ ਸਕੇ ਤੇ ਸ਼ਹਿਰ ਦੇ ਵਿੱਚ ਸਫਾਈ ਦੀ ਆਪਾਂ ਕੰਮ ਵੀ ਆ ਸਕਣ, ਤੇ ਹੋਰ ਵਿਕਾਸ ਦੇ ਕੰਮਾਂ ਨੂੰ ਅਸੀਂ ਵੱਖ ਵੱਖ ਵਾਰਡਾਂ ਦੇ ਵਿੱਚ ਜਿਹੜੀ ਪ੍ਰਵਾਨਗੀ ਦਿੱਤੀ ਜਿਹੜੀ 1 ਕਰੋੜ ਦੇ ਲਗਭਗ ਦਿੱਤੀ ਗਈ। ਫਿਰ ਉੱਥੋਂ ਨੰਦਾ ਜੀ ਨੇ ਆਪਣੇ ਜਾਂ ਸ਼ਿਵਾਲੀ ਕੈਬਨਿਟ ਪ੍ਰਧਾਨ ਜੀ ਨੇ ਮਤਾ ਇਹ ਕੀਤਾ ਸੀ ਕਿ 7,00,000 ਰੁਪਈਆ ਆਪਾਂ ਲਾਇਬ੍ਰੇਰੀ ਲਈ ਰੱਖਿਆ ਇਹਨਾਂ ਦੇ ਵਾਰਡ ਨੰਬਰ 18 ਦੇ ਲਈ। ਤੇ ਅੱਜ ਦਾ ਜਿਹੜਾ ਮੀਟਿੰਗ ਸਾਡੀ ਮਕਸਦ ਸੀ
कि शहर वासियों नूं आने वाले समय च पानी की प्रॉब्लम ना आवे। शहर वासी जिथे सीवरेज तो तंग आ असीं उहदा दुख दर्द समझदे आ, पर मैं तुहाडे माध्यम राहीं दसना चाहना कि नगर कौंसल लंगल केवल पैसा अलाट करदी, उहनां नूं फाइनांस करदी, क्योंकि सरकारी नियमां दे अनुसार कम सीवरेज बोर्ड ते वाटर सप्लाई डिपार्टमेंट ने करना। असीं पैसा देना, असीं जदों 50 लाख मंगदे 50 लाख पास करदे, करोड़ मंगदे करोड़ पास करदे, पर अज असीं उहदे अफसरां नूं कहा कि उच्च अधिकारी इह तों वी वड्डे अगले मीटिंग च आणगे भी जे ना तुसीं कीता तां असीं शहर दे लोकां दी समस्या नूं देखदे हुए धरने ते जे सानूं बैठण लई मजबूर होणा पवे तां असीं उत्थे बैठांगे। ते अलग अलग वार्डां दे विच जो मैं तुहानूं दस्सा काम सारे सर्वसम्मति नाल पास कीते गए। ते मैं नंगल वासियों नूं फिर बेनती करदा कि गर्मियां दा मौसम आ रहा बई, जिथे पानी दी समस्या आनी सानूं वी शर्म आउंदी, क्योंकि जिथे भाखड़ा डैम होवे नंगल डैम होवे ते उह शहर दे विच पानी दी समस्या आवे, असीं अपना दस्सिया कि इह साडे हत्थ नहीं है, असीं पैसा दे सकदे, पर असीं शहर वासियों दे हित लई धरना भी देवांगे ते इहनां दी लड़ाई भी लड़ांगे गलीए दे विच जाके। ते इस असीं अज दी जिहड़ा मीटिंग आ इहदे विच अज मते उतारेंगे। सारी लगभग ठीक हो चुकी है जी, जे कोई रह गई होवे ਤਾਂ ਪਬਲਿਕ ਨੂੰ ਆਪਾਂ ਬੇਨਤੀ ਕਰਦੇ ਉਹ ਸਾਨੂੰ ਦੱਸ ਸਕਦਾ, ਪਰ ਸ਼ਹਿਰ ਦੀਆਂ 90% ਤੋਂ ਉੱਪਰ ਲਾਈਟਾਂ ਮੇਰੇ ਹਿਸਾਬ ਨਾਲ ਇਸ ਟਾਈਮ ਵੀ ਠੀਕ ਹੈ। ਆਪਾਂ 100% ਠੀਕ ਕੀਤੀਆਂ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਜਿਵੇਂ ਹਨੇਰੀ ਆ ਗਈ, ਕੁਛ ਆ ਗਿਆ ਜਾਂ ਕੋਈ ਸ਼ਰਾਰਤੀ ਤੱਤਵ ਕੋਈ ਪੱਥਰ ਮਾਰ ਦਿੰਦਾ ਜਾਂ ਕੁਛ ਕਰ ਦਿੰਦਾ, ਪਰ ਸ਼ਹਿਰ ਦੀਆਂ ਲਾਈਟਾਂ ਇਸ ਟਾਈਮ ਪੂਰੀ ਚਕਾ ਚਾਉਂਦਾ। ਪਰ ਜੇ ਕੋਈ ਕਮੀ ਹੈ, ਕੋਈ ਇੱਕ ਅੱਧੀ ਲਾਈਟ ਖਰਾਬ ਹੈ, ਉਹ ਸਾਨੂੰ ਦੱਸਿਆ ਜਾਵੇ। ਸਰਕਾਰ ਦੇ ਜਿਹੜੇ ਹੁਕਮ ਹੈ ਲਾਗੂ ਕਰਨਾ ਸਾਡੀ ਡਿਊਟੀ ਹੈ, ਤੇ ਉਹ ਕੋਈ ਵੀ ਇੱਥੇ ਕਮੀ ਨਹੀਂ ਤੁਸੀਂ ਦੇਖ ਕੇ ਦੱਸ ਸਕਦੇ। ਪਬਲਿਕ ਨੂੰ ਵੀ ਬੇਨਤੀ ਕਰਦੇ ਸਾਡੇ ਧਿਆਨ 'ਚ ਲਿਆਉਣ, ਉਹ ਅਸੀਂ ਉਹਦੀ ਰਿਪੇਅਰ ਕਰਾਂਗੇ। ਠੀਕ ਹੈ, ਸ਼ਹਿਰ ਦੀ ਐਂਟਰੀ ਦੇ ਵਿੱਚ ਜਿਹੜੀ ਸਟ੍ਰੀਟ ਲਾਈਟਾਂ ਲੱਗੀਆਂ ਤੁਹਾਡੇ ਦੋ ਚੌਂਕ, ਉਹ ਲਾਈਟਾਂ ਨਾ ਬੂਟਿਆਂ ਦੇ ਵਿੱਚ ਹੀ ਲੱਗੀਆਂ ਵਾ, ਕਿਉਂਕਿ ਲਾਈਟਾਂ ਨਹੀਂ। ਅੱਜ ਇਹ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਗਿਆ ਕਿ ਇਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ, ਕਿ ਜੇ ਇੱਕ ਅਧਿਕਾਰੀ ਨੂੰ ਕਹਿੰਦੇ ਉਹ ਕਹਿੰਦੇ ਬੂਟੇ ਇਹਨੇ ਕਟਾਣੇ, ਦੂਜੇ ਨੂੰ ਕਹਿੰਦੇ ਉਹ ਮੈਂ ਨਹੀਂ ਉਹਨੇ ਕਟਾਣੇ। ਅੱਜ ਅਸੀਂ ਪ੍ਰਧਾਨ ਜੀ ਨੇ, ਅਸੀਂ ਸਾਰਿਆਂ ਨੇ, ਐਮਸੀ ਸਾਹਿਬਾਨਾਂ ਨੇ, ਈਓ ਸਾਹਿਬ ਦੇ ਧਿਆਨ 'ਚ ਲਿਆਂਦਾ, ਐਮਈ ਸਾਹਿਬ ਦੇ, ਉਹਨਾਂ ਨੂੰ ਕਿਹਾ ਵੀ ਕੋਈ ਅਧਿਕਾਰੀ ਹੋਵੇ, ਉਹ ਤੁਹਾਡੇ ਜਿਵੇਂ ਕੌਂਸਲ 'ਚ ਅਲੱਗ ਅਲੱਗ ਆ, ਕੋਈ ਸੈਨੇਟਰੀ ਵਿਭਾਗ ਆ, ਕੋਈ ਕੋਈ ਅਲੱਗ ਅਲੱਗ ਜਿਵੇਂ ਵਿਭਾਗ ਹੈ, ਉਹਦੇ ਵਿੱਚ ਅਸੀਂ ਕਿਹਾ ਵੀ ਇਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਵੀ ਲਾਈਟਾਂ ਲੱਗੀਆਂ ਹੋਈਆਂ ਉੱਪਰ ਲਾਈਟਾਂ, ਜਿਹਨੂੰ ਅਸੀਂ ਕਹੀ ਤਾਂ ਬੂਟੀ ਵੱਢ ਦਿਓ, ਉਹ ਕਹਿੰਦਾ ਮੇਰੀ ਡਿਊਟੀ ਨਹੀਂ ਆ। ਕੋਈ ਕਹਿੰਦਾ ਸਫਾਈ ਸੇਵਕ ਭਰਾ ਦੀ, ਸਫਾਈ ਸੇਵਕ ਭਰਾ ਕਹਿੰਦਾ ਮੇਰੀ ਥੱਲੇ ਕਰਨ ਦੀ ਹੈ, ਮੇਰੀ ਉੱਪਰ ਕਰਨ ਦੀ ਨਹੀਂ, ਕੋਈ ਕਹਿੰਦਾ ਉੱਪਰ ਨਹੀਂ ਥੱਲੇ ਕਰਨ ਦੀ ਆ। ਆਪਣੀ ਜ਼ਿੰਮੇਵਾਰੀ ਤੋਂ ਨੱਠਦੇ ਮੁਲਾਜ਼ਮ ਅਤੇ ਐਮ ਈ ਸਾਹਿਬ ਨੂੰ ਅਤੇ ਈ ਓ ਸਾਹਿਬ ਨੂੰ ਅੱਜ ਬੇਨਤੀ ਕੀਤੀ ਕਿ ਇਹਦੇ ਵਿੱਚ ਡਿਊਟੀ ਫਿਕਸ ਕੀਤੀ ਜਾਵੇ ਉਹਨਾਂ ਦੀ, ਕਿ ਕਿਸ ਬੰਦੇ ਨੇ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿ ਕਿਸ ਬੰਦੇ ਨੇ ਲਾਈਟਾਂ ਠੀਕ ਆਪਣੇ ਉਹਦੇ 'ਚੋਂ ਜਿਹੜੀ ਕਟਾਈ ਦਾ ਕੰਮ ਕਰਨਾ ਹੈ ਅਤੇ ਉਹ ਦਿੱਤਾ ਜਾਵੇ, ਉਹ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਏਗੀ। ਅਸੀਂ ਵੀ ਫੇਸ ਕੀਤੀ, ਸਾਡੇ ਐਮ ਸੀ ਸਾਹਿਬਾਨਾਂ ਨੇ ਵੀ ਇਹ ਮੁੱਦਾ ਉਠਾਇਆ, ਐਨ ਐਫ ਐਲ ਨੂੰ ਨੋਟਿਸ ਭੇਜਿਆ ਹੈ, ਉਹਦੇ ਜਵਾਬ ਦੀ ਉਡੀਕ 'ਚ ਹੈ। ਇਹ ਜਿਹੜਾ ਨੋਟਿਸ ਭੇਜਿਆ ਗਿਆ, ਇਹ ਜਿਹੜਾ ਉਹਨਾਂ ਨੂੰ ਆਪਾਂ ਜਿਹੜੀ ਪੈਨਲਟੀ ਲਾਈ ਗਈ, ਜਿਹਦੇ ਨੋਟਿਸ ਭੇਜਿਆ ਗਿਆ, ਇਹ ਜ਼ਰੂਰੀ ਨਹੀਂ ਕਿ ਇੱਥੇ ਰਹਿਣੀ, ਇਹ ਵੱਧ ਵੀ ਸਕਦੀ। ਅੱਗੇ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਹੈ, ਉਹ ਕਿਸ ਤਰ੍ਹਾਂ ਦਾ ਲੀਗਲ ਜਵਾਬ ਦਿੰਦੇ ਆ, ਆਪਣੇ ਉਹਨਾਂ ਦੇ ਜਿਹੜੇ ਆਪਣੇ ਸਲਾਹਕਾਰ ਆ, ਲੀਗਲ ਐਡਵਾਈਜ਼ਰਸ ਹੈ ਜਾਂ ਹੋਰ ਹੈ, ਉਹਨਾਂ ਦੀ ਜਿਹੜੀ ਟੀਮ ਸਲਾਹ ਦਿੰਦੀ, ਉਹਨਾਂ ਨੂੰ ਦੇਖ ਕੇ ਉਹ 'ਤੇ ਐਕਸ਼ਨ ਲਿਆ ਜਾਏਗਾ। ਨਹੀਂ, ਟਾਈਮ ਪੀਰੀਅਡ ਨੋਟਿਸ ਦਿੱਤਾ ਗਿਆ, ਉਹ ਟਾਈਮ ਪੀਰੀਅਡ ਮੈਨੂੰ ਇਸ ਟਾਈਮ ਪੂਰੀ ਨੌਲੇਜ ਨਹੀਂ ਹੈ, ਪਰ ਹਰ ਇੱਕ ਨੋਟਿਸ ਦੇ ਵਿੱਚ ਵਿਦ ਇਨ 15 ਡੇ ਔਰ ਵਿਦ ਇਨ ਮੰਥ ਦਾ ਟਾਈਮ ਦਿੱਤਾ ਜਾਂਦਾ, ਕਿਉਂਕਿ ਫਿਰ ਹੀ ਲੀਗਲ ਕਾਰਵਾਈ ਹੁੰਦੀ, ਰੀਪ੍ਰੈਜੈਂਟੇਸ਼ਨ। ਅਸੀਂ ਉਹਨਾਂ ਨੂੰ ਕਿਹਾ ਵੀ ਇਸ ਵਨ ਦੀ ਤੈਅ ਸਮੇਂ ਦੇ ਵਿੱਚ ਸਾਨੂੰ ਜਵਾਬ ਦਿੱਤਾ ਜਾਵੇ ਜਾਂ ਪੈਨਲਟੀ ਪੇ ਕੀਤੀ ਜਾਵੇ, ਜਾਂ ਐਨ ਐਫ ਐਲ ਕਿਤੇ ਕੋਰਟ ਦਾ ਸਹਾਰਾ ਲਏਗੀ, ਜਾਂ ਫਿਰ ਸਾਡੇ ਕੋਲ ਆ ਕੇ ਜਵਾਬ ਦੇ ਕੇ ਜੇ ਉਹਨਾਂ ਦਾ ਘਟਦਾ ਹੋਇਆ ਤਾਂ ਘਟਾਇਆ ਜਾਵੇਗਾ, ਜੇ ਵੱਧਦਾ ਹੋਇਆ ਤਾਂ ਸ਼ਾਇਦ ਇਹ ਤੋਂ ਵੀ ਵੱਧ ਜਾਵੇ।